ਮਾਰੀ ਆ ਵੇ ਉਹ ਜੋਗਿੰਦਰ ਸਿੰਘ ਗੋਲੀਆਂ ਤੂੰ ਮਾਰੀ ਆ ਜੋਗਿੰਦਰ ਸਿੰਘ ਨਾ ਮੁੰਡਾ ਤਾਂ ਆਪਣੀ ਜਨਾਨੀ ਮੇਰੇ ਪ੍ਰਾਣੀ। ਇੱਕ ਚਾਚੇ ਦੇ ਵੱਲੋਂ ਆਪਣੀ ਬੰਦੂਕ ਦੇ ਨਾਲ ਆਪਣੇ ਭਤੀਜੇ ਦਾ ਕਤਲ ਕੀਤਾ ਗਿਆ। 12 ਬੋਰ ਦੀ ਰਾਈਫਲ ਦੇ ਨਾਲ ਆਪਣੇ ਭਤੀਜੇ ਦੇ ਗੋਲੀ ਮਾਰੀ ਗਈ। ਮੌਕੇ ਤੇ ਹੀ ਭਤੀਜੇ ਦੀ ਜਾਨ ਚਲੀ ਗਈ। ਤਾਂ ਪੁੱਛ ਤੇ ਦਰਾ ਦੁਲੀਆ ਦੇ ਵਿੱਚ ਇਹ ਵਾਰਦਾਤ ਹੋਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੰਦੂਕ ਨੂੰ ਜ਼ਬਤ ਕੀਤਾ ਔਰ ਚਾਚਾ ਚਾਚੀ ਨੂੰ ਵੀ ਗ੍ਰਿਫਤਾਰ ਕਰ ਲਿਆ। ਤਾਂ ਪੁੱਛ ਦੇ ਵਿੱਚ ਇਹ ਵਾਰਦਾਤ ਹੋਈ। ਇੱਕ ਚਾਚੇ ਦੇ ਵੱਲੋਂ ਆਪਣੀ 12 ਬੋਰ ਦੀ ਬੰਦੂਕ ਦੇ ਨਾਲ ਭਤੀਜੇ ਦਾ ਕਤਲ ਕੀਤਾ ਗਿਆ। ਕਤਲ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ। ਫਿਲਹਾਲ ਪੁਲਿਸ ਦੇ ਵੱਲੋਂ ਚਾਚਾ ਚਾਚੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛ ਦੇ ਪਿੰਡ ਦਰਾ ਦੁਲੀਆ ਦੇ ਵਿੱਚ ਇਹ ਵਾਰਦਾਤ ਹੋਈ। ਘਟਨਾ ਤੋਂ ਬਾਅਦ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ, ਜਿਨ੍ਹਾਂ ਦੇ ਵੱਲੋਂ ਹਾਲਾਤਾਂ ਨੂੰ ਵੇਖਿਆ ਗਿਆ। ਚਾਚਾ ਚਾਚੀ ਤੇ 12 ਬੋਰ ਦੀ ਬੰਦੂਕ ਆ ਜਿਹੜੀ ਉਹ ਜ਼ਬਤ ਕੀਤੀ ਗਈ। ਮ੍ਰਿਤਕ ਦਾ ਨਾਮ ਗਗਨਦੀਪ ਸਿੰਘ ਦੱਸਿਆ ਜਾ ਰਿਹਾ। ਮੌਕੇ ਦੀ ਵੀਡੀਓ ਵਾਇਰਲ ਹੋਈ, ਜਿਸ ਦੇ ਵਿੱਚ ਇੱਕ ਸ਼ਖਸ ਭਰਾ ਕਹਿ ਕੇ ਚੀਕ ਚਿਹਾੜਾ ਪਾ ਰਿਹਾ ਕਿ ਉਸਦੇ ਭਰਾ ਨੂੰ ਖਤਮ ਕੀਤਾ ਗਿਆ ਚਾਚੇ ਦੇ ਵੱਲੋਂ। ਤਾਂ ਪੁੱਛ ਦੇ ਦਰਾ ਦੁਲੀਆ ਦੇ ਵਿੱਚ ਇਹ ਵਾਰਦਾਤ ਹੋਈ। ਘਰੇਲੂ ਕਲੇਸ਼ ਦੇ ਚੱਲਦੇ ਚਾਚੇ ਨੇ ਆਪਣੀ 12 ਬੋਰ ਦੀ ਰਾਈਫਲ ਦੇ ਨਾਲ ਭਤੀਜੇ ਦਾ ਕਤਲ ਕੀਤਾ। ਮਾਰੀ ਆ ਵੇ ਉਹ ਜੋਗਿੰਦਰ ਸਿੰਘ ਗੋਲੀਆਂ ਤੂੰ ਮਾਰੀ ਆ ਜੋਗਿੰਦਰ ਸਿੰਘ ਨਾ ਮੁੰਡਾ ਤਾਂ ਆਪਣੀ ਜਨਾਨੀ ਮੇਰੇ ਪ੍ਰਾਣੀ। ਇੱਕ ਚਾਚੇ ਦੇ ਵੱਲੋਂ ਆਪਣੀ ਬੰਦੂਕ ਦੇ ਨਾਲ ਆਪਣੇ ਭਤੀਜੇ ਦਾ ਕਤਲ ਕੀਤਾ ਗਿਆ। 12 ਬੋਰ ਦੀ ਰਾਈਫਲ ਦੇ ਨਾਲ ਆਪਣੇ ਭਤੀਜੇ ਦੇ ਗੋਲੀ ਮਾਰੀ ਗਈ। ਮੌਕੇ ਤੇ ਹੀ ਭਤੀਜੇ ਦੀ ਜਾਨ ਚਲੀ ਗਈ। ਤਾਂ ਪੁੱਛ ਤੇ ਦਰਾ ਦੁਲੀਆ ਦੇ ਵਿੱਚ ਇਹ ਵਾਰਦਾਤ ਹੋਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੰਦੂਕ ਨੂੰ ਜ਼ਬਤ ਕੀਤਾ ਔਰ ਚਾਚਾ ਚਾਚੀ ਨੂੰ ਵੀ ਗ੍ਰਿਫਤਾਰ ਕਰ ਲਿਆ। ਤਾਂ ਪੁੱਛ ਦੇ ਵਿੱਚ ਇਹ ਵਾਰਦਾਤ ਹੋਈ। ਇੱਕ ਚਾਚੇ ਦੇ ਵੱਲੋਂ ਆਪਣੀ 12 ਬੋਰ ਦੀ ਬੰਦੂਕ ਦੇ ਨਾਲ ਭਤੀਜੇ ਦਾ ਕਤਲ ਕੀਤਾ ਗਿਆ। ਕਤਲ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ। ਫਿਲਹਾਲ ਪੁਲਿਸ ਦੇ ਵੱਲੋਂ ਚਾਚਾ ਚਾਚੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛ ਦੇ ਪਿੰਡ ਦਰਾ ਦੁਲੀਆ ਦੇ ਵਿੱਚ ਇਹ ਵਾਰਦਾਤ ਹੋਈ। ਘਟਨਾ ਤੋਂ ਬਾਅਦ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ, ਜਿਨ੍ਹਾਂ ਦੇ ਵੱਲੋਂ ਹਾਲਾਤਾਂ ਨੂੰ ਵੇਖਿਆ ਗਿਆ। ਚਾਚਾ ਚਾਚੀ ਤੇ 12 ਬੋਰ ਦੀ ਬੰਦੂਕ ਆ ਜਿਹੜੀ ਉਹ ਜ਼ਬਤ ਕੀਤੀ ਗਈ। ਮ੍ਰਿਤਕ ਦਾ ਨਾਮ ਗਗਨਦੀਪ ਸਿੰਘ ਦੱਸਿਆ ਜਾ ਰਿਹਾ। ਮੌਕੇ ਦੀ ਵੀਡੀਓ ਵਾਇਰਲ ਹੋਈ, ਜਿਸ ਦੇ ਵਿੱਚ ਇੱਕ ਸ਼ਖਸ ਭਰਾ ਕਹਿ ਕੇ ਚੀਕ ਚਿਹਾੜਾ ਪਾ ਰਿਹਾ ਕਿ ਉਸਦੇ ਭਰਾ ਨੂੰ ਖਤਮ ਕੀਤਾ ਗਿਆ ਚਾਚੇ ਦੇ ਵੱਲੋਂ। ਤਾਂ ਪੁੱਛ ਦੇ ਦਰਾ ਦੁਲੀਆ ਦੇ ਵਿੱਚ ਇਹ ਵਾਰਦਾਤ ਹੋਈ। ਘਰੇਲੂ ਕਲੇਸ਼ ਦੇ ਚੱਲਦੇ ਚਾਚੇ ਨੇ ਆਪਣੀ 12 ਬੋਰ ਦੀ ਰਾਈਫਲ ਦੇ ਨਾਲ ਭਤੀਜੇ ਦਾ ਕਤਲ ਕੀਤਾ। ਮਾਰੀ ਆ ਵੇ ਉਹ ਜੋਗਿੰਦਰ ਸਿੰਘ ਗੋਲੀਆਂ ਤੂੰ ਮਾਰੀ ਆ ਜੋਗਿੰਦਰ ਸਿੰਘ ਨਾ ਮੁੰਡਾ ਤਾਂ ਆਪਣੀ ਜਨਾਨੀ ਮੇਰੇ ਪ੍ਰਾਣੀ। ਇੱਕ ਚਾਚੇ ਦੇ ਵੱਲੋਂ ਆਪਣੀ ਬੰਦੂਕ ਦੇ ਨਾਲ ਆਪਣੇ ਭਤੀਜੇ ਦਾ ਕਤਲ ਕੀਤਾ ਗਿਆ। 12 ਬੋਰ ਦੀ ਰਾਈਫਲ ਦੇ ਨਾਲ ਆਪਣੇ ਭਤੀਜੇ ਦੇ ਗੋਲੀ ਮਾਰੀ ਗਈ। ਮੌਕੇ ਤੇ ਹੀ ਭਤੀਜੇ ਦੀ ਜਾਨ ਚਲੀ ਗਈ। ਤਾਂ ਪੁੱਛ ਤੇ ਦਰਾ ਦੁਲੀਆ ਦੇ ਵਿੱਚ ਇਹ ਵਾਰਦਾਤ ਹੋਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੰਦੂਕ ਨੂੰ ਜ਼ਬਤ ਕੀਤਾ ਔਰ ਚਾਚਾ ਚਾਚੀ ਨੂੰ ਵੀ ਗ੍ਰਿਫਤਾਰ ਕਰ ਲਿਆ। ਤਾਂ ਪੁੱਛ ਦੇ ਵਿੱਚ ਇਹ ਵਾਰਦਾਤ ਹੋਈ। ਇੱਕ ਚਾਚੇ ਦੇ ਵੱਲੋਂ ਆਪਣੀ 12 ਬੋਰ ਦੀ ਬੰਦੂਕ ਦੇ ਨਾਲ ਭਤੀਜੇ ਦਾ ਕਤਲ ਕੀਤਾ ਗਿਆ। ਕਤਲ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ। ਫਿਲਹਾਲ ਪੁਲਿਸ ਦੇ ਵੱਲੋਂ ਚਾਚਾ ਚਾਚੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛ ਦੇ ਪਿੰਡ ਦਰਾ ਦੁਲੀਆ ਦੇ ਵਿੱਚ ਇਹ ਵਾਰਦਾਤ ਹੋਈ। ਘਟਨਾ ਤੋਂ ਬਾਅਦ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ, ਜਿਨ੍ਹਾਂ ਦੇ ਵੱਲੋਂ ਹਾਲਾਤਾਂ ਨੂੰ ਵੇਖਿਆ ਗਿਆ। ਚਾਚਾ ਚਾਚੀ
ਤੇ 12 ਬੋਰ ਦੀ ਬੰਦੂਕ ਆ ਜਿਹੜੀ ਉਹ ਜ਼ਬਤ ਕੀਤੀ ਗਈ। ਮ੍ਰਿਤਕ ਦਾ ਨਾਮ ਗਗਨਦੀਪ ਸਿੰਘ ਦੱਸਿਆ ਜਾ ਰਿਹਾ। ਮੌਕੇ ਦੀ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਸ਼ਖਸ ਭਰਾ ਕਹਿ ਕੇ ਚੀਕ ਚਿਹਾੜਾ ਪਾ ਰਿਹਾ ਕਿ ਉਸਦੇ ਭਰਾ ਨੂੰ ਖਤਮ ਕੀਤਾ ਗਿਆ ਚਾਚੇ ਦੇ ਵੱਲੋਂ। ਤਾਂ ਪੁੰਛ ਦੇ ਦਰਾ ਦੁਲੀਆ ਦੇ ਵਿੱਚ ਇਹ ਵਾਰਦਾਤ ਹੋਈ। ਘਰੇਲੂ ਕਲੇਸ਼ ਦੇ ਚੱਲਦੇ ਚਾਚੇ ਨੇ ਆਪਣੀ 12 ਬੋਰ ਦੀ ਰਾਈਫਲ ਦੇ ਨਾਲ ਭਤੀਜੇ ਦਾ ਕਤਲ ਕੀਤਾ।